ਪ੍ਰਚਨ ਧਨਾਸਰੀ ਰਾਤ ਦਾ ਸਮਾਂ ਹੈ। ਧਨਾਸਰੀ ਵਿਚਾਰ ਜੀ ਦੇ ਚਰਨ ਕੀਤੇ ਹਨ। ਅਗਲਾ ਸ਼ਬਦ ਵੀ ਇਨ ਦੁਨੀਆਂ ਦੇ ਮਾਲਕ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਹੈ। ਪਾਇਆ ਦੀਵਾਨਾ ਸ਼ਾਹ ਦਾ ਨਾਨਕ ਬਹੁਰਾਨਾ ਜਿੰਨਾ ਅਸੀਂ ਕੀਰਤਨੀ ਜਨ ਇੱਕ ਸਬਜੈਕਟ ਨੂੰ ਲੈ ਕੇ ਚੱਲਾਂਗੇ ਉਨਾ ਹੀ ਚੰਗਾ ਹੈ। ਜਦੋਂ ਅਸੀਂ ਕੀਰਤਨ ਕਰਦੇ ਹਾਂ ਆਪਣੇ ਸਬਜੈਕਟ ਤੋਂ ਲੰਘਦੇ ਹੋ ਜਾਂਦੇ ਉਹ ਫਿਰ ਕੀਰਤਨ ਕੀਰਤਨ ਨਹੀਂ ਰਹਿ ਜਾਂਦਾ। ਬੜੀ ਜ਼ਰੂਰੀ ਗੱਲ ਹੈ ਸਾਥੀਓ, ਇਹ ਸਾਨੂੰ ਸਮਝ ਆ ਜਾਏ ਇਸ ਤਰ੍ਹਾਂ ਸਾਡਾ ਤਾਂ ਜੀਵਨ ਉਪਣ ਵਾਲਾ ਹੈ। ਹੋਰ ਕਿੰਨਾ ਕੁ ਸਮਾਂ ਗੁਰੂ ਨਾਨਕ ਦੇ ਹੀ ਬਚਨ ਹਨ, ਹਮ ਆਦਮੀ ਹਾਂ ਮੋਹਲ ਮੁਫਤ ਮੈਂ ਜਾਣਾ ਨਾਨਕ ਬਿਨ ਰਹਿ ਕਿਸੇ ਸਰੇ ਨੂੰ ਜਾ ਕੇ ਜੀ ਪ੍ਰਾਣ। ਬੜੀ ਗੁਰੂ ਦੇ ਪ੍ਰਬੰਧਕ ਸੱਜਣ ਰੋਕ ਰਹੇ ਸਨ, ਕਹਿੰਦੇ ਭਾਈ ਸਾਹਿਬ ਸਰਕਾਰੀ ਤੱਕ ਨਿਭਾ ਕੇ ਜਾਓ, ਮੈਂ ਸਵੇਰੇ ਹੀ ਵੈਨਕੂਵਰ ਤੋਂ ਵਾਪਸ ਆਇਆ, ਸਾਰੀ ਰਾਤ ਫਲਾਈਟ ਵਿੱਚ ਨੀਂਦਰਾ ਵੀ ਪੂਰਾ ਨਹੀਂ ਹੋਇਆ, ਪਰ ਇਹਨਾਂ ਦਾ ਪਿਆਰ ਜਿਹੜਾ ਉਹ ਕੁਛ ਜ਼ਿਆਦਾ ਹੈ। ਤੀਰਥ ਪਿਆਰ ਕਿਹੜੇ ਛੱਡਦੇ ਨਹੀਂ ਸਨ। ਸੋ ਧੰਨਵਾਦੀ ਹਾਂ ਸਤਿਗੁਰਾਂ ਦਾ, ਆਪ ਸਾਰਿਆਂ ਦਾ, ਭਾਈ ਸਾਹਿਬ ਜੀ ਦਾ। ਕੀਰਤਨੀ ਸੱਜਣ ਬਸ ਇੱਕੋ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਆਸ਼ੇ ਤੋਂ ਪਰੇ ਨਾ ਜਾ, ਕੀਰਤਨ ਨੂੰ ਕੀਰਤਨ ਹੀ ਰਹਿਣ ਦਿਓ ਤੇ ਬਹੁਤ ਚੰਗਾ ਹੈ। ਹਰ ਸਬਜੈਕਟ ਵੱਖਰਾ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਾਨੂੰ ਤਨੇਮ ਬਖਸ਼ਿਆ, ਉਹ ਵੱਖਰਾ ਸਬਜੈਕਟ ਹੈ। ਹਰ ਸਮੇਂ ਸਮੇਂ ਅਨੁਸਾਰ ਸਾਨੂੰ ਬਾਣੀ ਬਖਸ਼ੀ ਹੈ, ਇਸ ਸਮੇਂ ਤੋਂ ਇਹ ਬਾਣੀ ਪੜ੍ਹਨੀ ਹੈ। ਠੀਕ ਹੈ, ਬਾਣੀ ਪੜ੍ਹੀ ਜਾਓ, ਭਾਵੇਂ ਸਾਰਾ ਦਿਨ ਪੜ੍ਹੀ ਜਾਓ ਸਤਸੰਗ, ਪਰ ਕੁਛ ਨਿਯਮ ਨੇ। ਉਸੇ ਤਰ੍ਹਾਂ ਹੀ ਕੀਰਤਨ ਦੇ ਨਿਯਮ ਨੇ। ਜੇ ਅਸੀਂ ਹਰਿਮੰਦਰ ਸਾਹਿਬ ਬੈਠ ਕੇ ਬਾਣੀ ਗਾਇਨ ਕਰਦੇ ਹਾਂ ਤੇ ਕੋਈ ਵੀ ਕੀਰਤਨ ਕਰਨ ਦੇ ਦੌਰਾਨ ਅਸੀਂ ਕੋਈ ਵੱਖਰਾਪਨ ਉਹਦੇ ਵਿੱਚ ਨਹੀਂ ਕਰ ਸਕਦੇ, ਤੇ ਜੇ ਉੱਥੇ ਨਹੀਂ ਕਰ ਸਕਦੇ ਤੇ ਗੁਰੂ ਤੇ ਇੱਕੋ ਹੀ ਹੈ। ਉੱਥੇ ਵੀ ਗੁਰੂ ਗ੍ਰੰਥ ਸਾਹਿਬ ਨੇ, ਇੱਥੇ ਵੀ ਗੁਰੂ ਗ੍ਰੰਥ ਸਾਹਿਬ ਨੇ, ਤੇ ਗੁਰੂ ਹੋਰ ਤੇ ਨਹੀਂ ਕਰ ਸਕਦੇ। ਗੁਰੂ ਦੋ ਤਾਂ ਹੈ, ਪਰ ਅਸੀਂ ਆਪਣੇ ਵਿਸ਼ੇ ਤੋਂ ਕਿਉਂ ਭੱਜ ਜਾਂਦੇ ਹਾਂ? ਮੈਨੂੰ ਇਸ ਗੱਲ ਦੀ ਸਮਝ ਨਹੀਂ। ਮੈਂ ਫਿਰ ਬੇਨਤੀ ਕਰਦਾ, ਇਹੀ ਸਾਡੇ ਪਿਤਾ ਜੀ ਸਿਖਾਉਂਦੇ ਸਨ ਕਿ ਇੱਕ ਤੇ ਗੁਰਮਤਿ ਦੀ ਮਰਿਆਦਾ ਵਿੱਚ ਰਹਿਣਾ, ਗੁਰਮਤਿ ਸੰਗੀਤ ਵਿੱਚ ਰਹਿਣਾ ਤੇ ਗੁਰੂ ਦੀ ਬਾਣੀ ਦਾ ਹੀ ਗਾਇਨ ਕਰਨਾ। ਜੇ ਵਿਚਾਰ ਆਵੇ
ਤੇ ਬਾਣੀ ਦੀ ਕੀਤਾ ਮੇਰੇ ਸਮਾਂ ਥੋੜ੍ਹਾ ਸਾਰੇ ਅਸੀਂ ਗੁਰੂ ਆਏ ਹਾਂ ਪਰ ਮੈਂ ਆਪਣੇ ਸਮੇਂ ਅਨੁਸਾਰ ਅਗਲਾ ਸ਼ਬਦ ਪੜ੍ਹੀਏ ਸਾਰੇ ਮਿਲ ਕੇ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਕਿਤੇ ਬਚਨ ਹਨ ਭਇਆ ਦੀਵਾਨਾ ਸ਼ਾਹਦਾ ਨਾਨਕ ਬਹੁਰਾਨਾ ਪਿਆਰ ਸਾਹਿਬ ਪੜ੍ਹਿਓ ਉਪਰੰਤ ਸਮਾਪਤੀ ਹੈ ਬਹੁਤ ਕੁਝ ਆਖਿਆ ਲੋਕਾਂ ਨੇ ਗੁਰੂ ਨਾਨਕ ਕੋਈ ਆਖੇ ਭੂਗਣਾ ਤੂੰ ਕਹੇ ਕਿ ਦਾਦਾ ਬੜਾ ਕੁਝ ਗੁਰੂ ਨਾਨਕ ਨਾਲ ਜੀਤਿਆ ਪਰ ਗੁਰੂ ਨਾਨਕ ਨੇ ਕੀ ਆਖਿਆ ਸੀ ਹਮ ਨਹੀਂ ਚੰਗੇ ਅਸੀਂ ਗੁਰੂ ਨਾਨਕ ਦਾ ਸੰਦੇਸ਼ ਨਾਲ ਲੈ ਕੇ ਚੱਲਿਆ ਕਰੋ ਸਤਸੰਗ ਕੇ ਪੁਰਖ ਮਨਾਏ ਮੇਰੇ ਸਰਕਾਰੀ ਨੂੰ ਬਾਬਾ ਬੰਦਾ ਸਿੰਘ ਜੀ ਬੈਠੇ ਮਹਾਨ ਵਿਦਵਾਨ ਅਸਾਂ ਗੁਰੂ ਨਾਨਕ ਨੂੰ ਹੀ ਸਮਝਿਆ ਹੈਗਾ ਅਗਲੀ ਪੌੜੀ ਅਸੀਂ ਕਿੱਥੇ ਚੜ੍ਹਨੀ ਪਹਿਲੇ ਗੁਰੂ ਨਾਨਕ ਨੂੰ ਸਮਝ ਲਈਏ ਫਿਰ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਵੱਲ ਆਈਏ ਪਹਿਲੇ ਦਸਾਂ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਨੂੰ ਸਮਝ ਲਈਏ ਉੱਤੇ ਚੱਲ ਕੇ ਚੱਲਦੇ ਸਕੀਏ ਫਿਰ ਮੇਰੇ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਤਾਂ ਜਾ ਕੇ ਪਿਆਇਓ ਕਿਤੇ ਸਾਡਾ ਜੀਵਨ ਸਫਲ ਹੋਣਾ ਚਾਹੀਦਾ ਸਾਡੇ ਜੀਵਨ ਦੀ ਗੱਲ ਬਣਨੀ ਆਓ ਕਰੀਏ ਅਰਦਾਸ ਲੋਕੀ ਕਹਿੰਦੇ ਨੇ ਕਿ ਕਈ ਜਾਣ ਦੁਨੀਆਂ ਕਹਿੰਦੀ ਹੈ ਕਿ ਕਈ ਜਾਣ ਇਹ ਦੱਸਿਆ ਮੈਂ ਤੇ ਤੇਰੇ ਚਰਨਾਂ ਨਾਲ ਫਰੀ ਕਦੇ ਨਹੀਂ ਤੋੜ ਸਕਦਾ ਸਤਸੰਗ ਬੋਲੋ ਸ੍ਰੀ ਬਸ ਗੱਲ ਇੰਨੀ ਕੀ ਗੁਰੂ ਨਾਲ ਫਰੀਦ ਲੱਗੀ ਹੈ ਕਰੋ ਕਿਰਪਾ ਸਾਰੇ ਪਿਆ ਦੀਵਾਨਾ
ਨਾਲ ਪੜਿਆ ਤੇ ਸਮਝਦੇ ਚਲੋ ਨਾ ਕੋਈ Thank you.
ਖੁਦਾ ਦੀ ਕਾਲੀ ਤੇ ਅਸੀਸ ਬਖਸ਼ੋ ਬਦੇ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।